ਸਤਿ ਸ਼੍ਰੀ ਅਕਾਲ ਦੋਸਤੋ, ਜਿਵੇਂ ਤੁਹਾਨੂੰ ਪਤਾ ਹੈ ਇਲੈਕਸ਼ਨ ਦੌਰ ਚੱਲ ਰਿਹਾ। ਇਲੈਕਸ਼ਨ ਦੌਰ ਕਰਦੇ ਕਰਦੇ ਆਪਾਂ ਵਾਰਡ ਨੰਬਰ 14 ਵਿੱਚ ਆਏ, ਜਿੱਥੇ ਗੁਰਧਿਆਨ ਸਿੰਘ ਜੋਗਾ ਜੀ ਆਪਣੀ ਇਲੈਕਸ਼ਨਾਂ ਦੇ ਵਿੱਚ ਖੜ੍ਹੇ ਆ। ਆਪਾਂ ਉਹਨਾਂ ਨੂੰ ਸਾਡੇ ਨਾਲ ਖੜ੍ਹੇ ਹਾਂ, ਆਪਾਂ ਇਹਨਾਂ ਨੂੰ ਮਿਲਦੇ ਹਾਂ। ਸਭ ਤੋਂ ਪਹਿਲਾਂ ਸਾਡੇ ਅਦਾਰੇ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਜੈ ਹਿੰਦ। ਗੁਰਧਿਆਨ ਜੀ, ਤੁਸੀਂ ਅੱਜ ਇਲੈਕਸ਼ਨ ਦੇ ਦੌਰ 'ਚ ਖੜ੍ਹੇ ਹੋ, ਪਹਿਲਾਂ ਤਾਂ ਕਿਹੜੀ ਪਾਰਟੀ ਤੁਹਾਨੂੰ ਟਿਕਟ ਮਿਲੀ ਹੈ? ਸਾਨੂੰ ਕਾਂਗਰਸ ਪਾਰਟੀ ਨੂੰ ਮਿਲੀ, ਅਸੀਂ ਕਾਂਗਰਸ ਪਾਰਟੀ ਨੂੰ ਮਿਲੀ। ਅਸੀਂ ਪਨਮੀਤ ਕੌਰ ਦੇ ਆ ਬਹੁਤ ਧੰਨਵਾਦ ਕਰਦੇ ਹਾਂ, ਹਰਦਾਲ ਸਿੰਘ ਕੰਬੋਜ ਦਾ ਧੰਨਵਾਦ, ਅਸੀਂ ਸਮੁੱਚੀ ਆਪਣੀ ਕਾਂਗਰਸ ਦਾ ਸੀਪੀ ਦਾ ਧੰਨਵਾਦ ਕਰਦੇ ਹਾਂ। ਤੁਹਾਨੂੰ ਅੱਜ ਕਾਂਗਰਸ ਪਾਰਟੀ ਤੋਂ ਟਿਕਟ ਮਿਲੀ ਹੈ, ਅਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਕਾਂਗਰਸ ਪਾਰਟੀ ਨੂੰ? ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ, ਮੈਨੂੰ ਚੰਗਾ ਬੰਦਾ ਸਮਝ ਕੇ ਉਹਨਾਂ ਨੇ ਮੈਨੂੰ ਟਿਕਟ ਦਿੱਤੀ ਹੈ, ਅਤੇ ਮੈਂ ਉਹਨਾਂ ਦੇ ਖੁਦਾ ਧੰਨਵਾਦ ਕਰਦਾ। ਕਿੰਨੇ ਸਾਲ ਹੋ ਗਏ ਤੁਹਾਨੂੰ ਇਲੈਕਸ਼ਨ ਜਿਹੜੀ ਹੈ ਪਾਰਟੀ ਨਾਲ ਜੁੜੇ ਨੂੰ? ਮੈਨੂੰ 12-13 ਸਾਲ ਹੋ ਗਏ ਨੇ, ਮੈਂ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ, ਅਤੇ ਉਹਨਾਂ ਨੇ ਮੈਨੂੰ ਚੰਗਾ ਸਮਝ ਕੇ ਟਿਕਟ ਦਿੱਤੀ ਹੈ। ਜੇ ਗੱਲ ਕਰੀਏ ਤੁਹਾਡੇ ਵਾਰਡ ਦੇ ਪ੍ਰਤੀ, ਕਿੰਨਾ ਮੁੱਦਿਆਂ ਨੂੰ ਤੁਸੀਂ ਲੈ ਕੇ ਅੱਜ ਇਲੈਕਸ਼ਨ ਦੇ ਵਿੱਚ ਖੜ੍ਹੇ ਹੋਏ ਹੋ? ਅਸੀਂ ਮੁੱਦਾ ਲੈ ਕੇ ਇਸ ਕਰਕੇ ਖੜ੍ਹੇ ਹਾਂ ਵੀ ਸਾਡੇ ਇਲਾਕੇ ਦਾ ਵੀ ਕੋਈ ਕੰਮ ਨਹੀਂ ਹੋਇਆ, ਉਸ ਕੰਮ ਵਧੇ ਮੁੱਦੇ ਵਧੇ ਖੜ੍ਹੇ ਹਾਂ ਵੀ ਸਾਡੇ ਇਲਾਕੇ ਦਾ ਕੰਮ ਹੋਣਾ ਚਾਹੀਦਾ। ਉਹ ਕਿਹੜੇ ਕੰਮ ਹੈ ਜਿਹੜੇ ਤੁਸੀਂ ਆਪਣੇ ਵਾਰਡ ਦੇ ਵਿੱਚ ਖੜ੍ਹੇ ਹੋ, ਜਿਹਨਾਂ ਕੰਮਾਂ ਕਰ ਲੈ? ਸਾਡੇ ਉਸ ਕੰਮ ਦੇ ਵਿੱਚ ਇੱਕ ਤਾਂ ਸੀਵਰ ਦੀ ਬੜੀ ਸਮੱਸਿਆ ਹੈ, ਉਹ ਸੀਵਰ ਸਭ ਤੋਂ ਪੁਰਾਣੇ ਪਏ ਨੇ, ਉਹਦੀ ਜ਼ਿਆਦਾ ਸਮੱਸਿਆ ਹੈ, ਉਹ ਸਾਡੇ ਸੀਵਰ ਬਦਲੇ ਜਾਣ, ਅਤੇ ਇੱਕ ਲੋਕਡਾਊਨ ਟਾਇਲ ਲੱਗਣੀ ਚਾਹੀਦੀ ਹੈ, ਅਤੇ ਇੱਕ ਸਾਡੇ ਇਲਾਕੇ ਦੀ ਸਫਾਈ ਹੋਣੀ ਚਾਹੀਦੀ। ਹਾਂਜੀ, ਗੱਲ ਕਰੀਏ ਤੁਹਾਡੇ ਵਾਰਡ ਦੇ ਪ੍ਰਤੀ, ਹੋ ਰਹੇ ਹੋ ਸਿਰਫ ਇਹੀ ਕੰਮ ਹੈ ਜੀ, ਤੁਸੀਂ ਪਰਮਾਤਮਾ ਨੂੰ MC ਬਣਾਉਂਦਾ, ਤੁਸੀਂ MC ਬਣ ਜਾਂਦੇ ਹੋ, ਤਾਂ ਸਭ ਤੋਂ ਪਹਿਲਾਂ ਕਿਹੜਾ ਹੱਲ ਕਰੋਗੇ ਆਪਣੇ ਵਾਰਡ ਦਾ? ਅਸੀਂ ਸਭ ਤੋਂ ਮੁੱਦਾ ਹੱਲ ਇਹੀ ਕਰਾਂਗੇ ਵੀ ਸਾਡੀ ਜਿਹੜੀ ਸੀਵਰ ਦੇ ਕੰਮ ਨੇ ਉਹ ਪਹਿਲਾਂ ਹੋਣੇ ਚਾਹੀਦੇ ਨੇ, ਵੀ ਸੀਵਰ ਸਾਡਾ ਬੜਾ ਬਲੋਕ ਰਹਿੰਦਾ ਸੀ, ਉਹ ਤੋਂ ਬਾਅਦ ਜਿੰਨੇ ਵੀ ਸਾਡੇ ਗਲੀ ਹਿਮਾਲੇ ਦੇ ਕੰਮ ਨੇ ਉਹ ਹੋਣੇ ਚਾਹੀਦੇ। ਤੁਸੀਂ ਡੋਰ ਟੂ ਡੋਰ ਜਾ ਰਹੇ ਹੋ ਇਸ ਟਾਈਮ, ਅਤੇ ਤੁਹਾਨੂੰ ਵਾਰਡ ਦੇ ਵਿੱਚ ਕਿਹੋ ਜਿਹਾ ਹੰਗਾਰਾ ਮਿਲ ਰਿਹਾ? ਮੈਨੂੰ ਬਹੁਤ ਹੰਗਾਰਾ ਮਿਲ ਰਿਹਾ ਸੀ, ਹਰ ਭਾਈ ਸਾਥੀ ਸਭ ਮੈਨੂੰ ਕਹਿ ਰਹੇ ਨੇ ਵੀ ਤੁਹਾਡੀ ਜਿੱਤ ਪੱਕੀ ਹੈ, ਚੋਣ ਸਾਡਾ ਪੰਜਾ ਹੈ, ਅਤੇ ਅਸੀਂ ਉਸ ਮਜ਼ਬੂਤ ਕਰਕੇ ਸਰਕਾਰ ਨੂੰ ਮਜ਼ਬੂਤ ਕਰਾਂਗੇ। ਅਤੇ ਤੁਸੀਂ ਆਪਣੇ ਵਾਰਡ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਵੀ ਸਾਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸਾਨੂੰ ਕਾਮਯਾਬ ਕਰੋ, ਸਾਡਾ ਚੋਣ ਨਿਸ਼ਾਨ ਪੰਜਾ ਹੈ, ਜੇ ਸਾਡੇ ਹੱਥ ਮਜ਼ਬੂਤ ਹੋਣਗੇ ਤਾਂ ਅਸੀਂ ਤਾਂ ਹੀ ਸੇਵਾ ਕਰ ਸਕਾਂਗੇ। ਇਹ ਸਰ ਸਾਡੇ ਨਾਲ ਗੁਰਧਿਆਨ ਸਿੰਘ ਜੋਗਾ ਜੀ, ਪਰ ਇਹਨਾਂ ਦੇ ਸਮਰਥਕ ਵੀ ਸਾਡੇ ਨਾਲ ਖੜ੍ਹੇ ਆ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਤੁਹਾਡਾ ਕੀ ਨਾਂ ਹੈ ਜੀ? ਸਰਦਾਰ ਸ਼ਿੰਗਾਰਾ ਸਿੰਘ ਜੀ। ਸ਼ਿੰਗਾਰਾ ਸਿੰਘ ਜੀ, ਤੁਸੀਂ ਕਿਹੜੀ ਵਾਰਡ ਤੋਂ ਰਹਿਣ ਵਾਲੇ ਹੋ? ਅਸੀਂ 14 ਨੰਬਰ ਵਾਰਡ ਤੋਂ ਬਿਲੋਂਗ ਕਰਦੇ ਹਾਂ ਜੀ, ਅਤੇ ਜੋਗਾ ਸਿੰਘ ਨਾਲ ਅਸੀਂ ਹਮਦਰਦੀ ਅਤੇ ਪੂਰੀ ਸਪੋਰਟ ਕਰ ਰਹੇ ਹਾਂ। ਅਤੇ ਜੇ ਆਪਾਂ ਗੱਲ ਕਰੀਏ ਤੁਹਾਡੇ ਵਾਰਡ ਦੀ, ਕਿ ਇਹ ਵਾਰਡ ਬੜੀ ਦੇਰ ਤੋਂ ਕੌਂਸਲਰ ਦੇ ਅੰਡਰ ਹੈ, ਤਾਂ ਇਸ ਕੇ ਪਿੰਡ ਤੁਹਾਡੇ ਕੌਂਸਲ ਦੇ ਵਾਰਡ ਦੇ ਵਿੱਚ ਕਿਹੜੇ ਕੰਮ ਹੈ ਜਿਹੜੇ ਨਹੀਂ ਹੋਏ ਹੁਣ ਤੱਕ? ਅਸੀਂ ਜੀ ਇੱਥੋਂ ਘੱਟੋ ਘੱਟ 55 ਸਾਲ ਤੋਂ ਰਹਿ ਰਹੇ ਹਾਂ ਜੀ। ਇੱਥੇ ਸੀਵਰੇਜ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ, ਪੁਰਾਣਾ ਪਿਆ ਹੋਇਆ ਜੀ, ਜਦ ਇੱਥੇ ਆਬਾਦੀ ਬਹੁਤ ਘੱਟ ਸੀ, ਉਸ ਤੋਂ ਬਾਅਦ 2-3 ਕਲੋਨੀਆਂ ਇਹਦੇ ਨਾਲ ਹੋਰ ਐਡ ਹੋ ਗਈਆਂ। ਉਹ ਪੈਪ ਜਿਹੜੇ ਨੇ ਜੀ ਉਹ 6-7 ਜਾਂ 8 ਇੰਚੀ ਪਏ ਹੋਏ ਨੇ, ਹੁਣ ਸਾਨੂੰ ਘੱਟੋ ਘੱਟ 14 ਇੰਚੀ ਪੈਪ ਪਿਆ ਹੋਵੇ, ਅਤੇ ਤਾਂ ਇੱਥੋਂ ਦੀ ਜਿਹੜੀ ਬਲੋਕੇਜ ਹੈ ਜਾਂ ਸਫਾਈ ਹੈ ਉਹ ਅੱਗੇ ਹੋ ਸਕਦੀ ਹੈ, ਔਰ ਇਹ ਪੂਰੇ ਸ਼ਹਿਰ ਦੀ ਪ੍ਰੋਬਲਮ ਹੈ, ਸਾਡੀ ਵੀ ਇਹ ਹੋ ਜਾਵੇ। ਸਭ ਤੋਂ ਪਹਿਲ ਦੇ ਆਧਾਰ 'ਤੇ ਅਗਰ ਸੀਵਰੇਜ ਦਾ ਕੰਮ ਹੋਵੇ ਤਾਂ ਬਹੁਤ ਹੀ ਧੰਨਵਾਦੀ ਹੋਵਾਂਗੇ ਅਸੀਂ। ਅਤੇ ਜੇ ਗੱਲ ਕਰੀਏ ਤੁਹਾਡੇ ਹੁਣ ਵਾਰਡ ਦੀ ਇਲੈਕਸ਼ਨ ਹੈ, 14 ਤਰੀਕ ਨੂੰ, 14 ਫਰਵਰੀ ਨੂੰ ਇਲੈਕਸ਼ਨ ਹੈ, ਅਤੇ ਤੁਸੀਂ ਅੱਜ ਜੋਗਾ ਜੀ ਦੇ ਨਾਲ ਧਿਆਨ ਨਾਲ ਖੜ੍ਹੇ ਹੋ, ਅਤੇ ਆਪਣੇ ਵਾਰਡ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜੋਗਾ ਜੀ ਵੱਲੋਂ? ਮੈਂ ਜੀ ਤਕਰੀਬਨ 35 ਸਾਲ ਤੋਂ ਕਾਂਗਰਸ ਪਾਰਟੀ ਦੇ ਨਾਲ ਜੁਆਇੰਟ ਹਾਂ ਜੀ, ਔਰ ਮੈਂ ਜਿੰਨੇ ਵੀ ਇੱਥੇ ਕੈਂਡੀਡੇਟ ਖੜ੍ਹੇ ਨੇ ਉਹਨਾਂ ਦੀ ਵੱਧ ਤੋਂ ਵੱਧ ਸਪੋਰਟ ਕੀਤੀ ਹੈ, ਔਰ ਤਕਰੀਬਨ ਸੀਟਾਂ ਵੀ ਜਿੱਤ ਕੇ ਦਿੱਤੀਆਂ ਨੇ ਜੀ, ਔਰ ਮੈਂ ਹੁਣ ਵੀ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਜੀ ਅਸੀਂ 100% ਨਹੀਂ 110% ਸੀਟ ਜਿੱਤ ਕੇ ਮਹਾਰਾਣੀ ਪ੍ਰਨੀਤ ਕੌਰ, ਸਰਦਾਰ ਹਰਦਿਆਲ ਸਿੰਘ ਕੰਬੋਜ ਦੀ ਝੋਲੀ ਪਾਵਾਂਗੇ, ਔਰ ਉਹਨਾਂ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਵੀ ਪਹਿਲ ਦੇ ਆਧਾਰ 'ਤੇ ਕੰਮ ਵੀ ਲਾਵਾਂਗੇ, ਔਰ ਸਾਨੂੰ ਖਾਲੀ ਨਹੀਂ ਮੋੜਨਗੇ ਕਿਉਂਕਿ ਅਸੀਂ ਬਹੁਤ ਮਿਹਨਤ ਕੀਤੀ ਹੈ ਅਤੇ ਕਰਦੇ ਪਏ ਹਾਂ। ਨਾਲ ਸਾਡੇ ਨਾਲ ਹੁਣ ਬਜ਼ੁਰਗ ਹੋਰ ਵੀ ਖੜ੍ਹੇ ਹਾਂ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਉਹਨਾਂ ਨੂੰ ਪੁੱਛਾਂਗੇ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਇਹ ਵਾਰਡ ਦੇ ਪ੍ਰਤੀ, ਕੀ ਕਹਿਣਾ ਚਾਹੁੰਦੇ ਬਜ਼ੁਰਗ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਕਸ਼ਮੀਰਾ ਸਿੰਘ ਜੀ, ਅਸੀਂ ਕੰਬੋਜ ਸਾਹਿਬ ਕੋਲ ਗਏ ਸੀ, ਉਹਨਾਂ ਨੇ ਕਿਹਾ ਵੀ ਤੁਸੀਂ ਸਾਰੇ ਸੰਮਤੀ ਨਾਲ ਜਿਹੜਾ ਉਮੀਦਵਾਰ ਖੜ੍ਹਾ ਕਰੋਗੇ ਮੈਂ ਉਹਨੂੰ ਟਿਕਟ ਦਿਆਂਗਾ। ਮੈਂ ਉਮੀਦਵਾਰ ਟਿਕਟ ਨਹੀਂ ਦੇਣੀ, ਮੈਂ ਟਿਕਟ ਦੇਣੀ ਤੁਹਾਡੀ ਪਬਲਿਕ ਨੂੰ। ਸੋ ਅਸੀਂ ਬਹੁ ਗਿਣਤੀ 'ਚ 50-60 ਬੰਦੇ ਗਏ ਸੀ ਅਤੇ ਉਹਨਾਂ ਨੇ ਸਾਡਾ ਮਾਣ ਕੀਤਾ, ਔਰ ਉਹ ਕਹਿੰਦੇ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਲਿਆਓ, ਕਾਂਗਰਸ ਦਾ ਹੱਥ ਮਜ਼ਬੂਤ ਕਰੋ, ਔਰ ਵੱਧ ਤੋਂ ਵੱਧ ਤੁਹਾਨੂੰ ਪੈਸੇ ਦੇ ਕੇ 1 ਕਰੋੜ ਰੁਪਈਆ ਦੇ ਕੇ, ਕਿਉਂਕਿ ਤੁਹਾਡੀ ਵਾਰਡ ਜਿਹੜੀ ਹੈ ਉਹ ਬਹੁਤ ਪੈਂਡਿੰਗ ਹੋ ਗਈ ਹੈ, ਅਤੇ ਵੱਧ ਤੋਂ ਵੱਧ ਪੈਸੇ ਦੇ ਕੇ
ਤੁਹਾਡਾ ਸੀਵਰੇਜ ਦਾ ਜਾਂ ਜੋ ਵੀ ਪੈਂਡਿੰਗ ਕੰਮ ਨੇ ਉਹ ਸਾਰੇ ਅਸੀਂ ਪਹਿਲ ਦੇ ਆਧਾਰ 'ਤੇ ਕਰਾਵਾਂਗੇ। ਇਹ ਹਰਦਿਆਲ ਕਮੋਜ ਨੇ ਸਾਨੂੰ ਵਿਸ਼ਵਾਸ ਦਿੱਤਾ ਅਤੇ ਅਸੀਂ ਉਹਨਾਂ ਨੂੰ ਵਿਸ਼ਵਾਸ ਕਰਾਇਆ ਕਿ ਬਹੁ ਗਿਣਤੀ ਵਿੱਚ ਅਸੀਂ ਤੁਹਾਨੂੰ ਆਪਣੀ ਵਾਰਡ ਵੱਲੋਂ ਬੰਦਾ ਜਿਤਾ ਕੇ ਭੇਜਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੀ 14 ਤਰੀਕ ਵਾਸਤੇ ਵਾਰਡ ਵਾਸੀਆਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਹੋ? ਅਸੀਂ ਜਾ ਕੇ ਬੇਨਤੀ ਕਰਦੇ ਹਾਂ ਕਿ ਸਾਡੇ ਉਮੀਦਵਾਰ ਦੇ ਹੱਥ ਮਜ਼ਬੂਤ ਕਰੋ, ਹਰਦਿਆਲ ਕਮੋਜ ਦੇ ਹੱਥ ਮਜ਼ਬੂਤ ਕਰੋ, ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੋ ਤਾਂ ਕਿ ਪਹਿਲ ਦੇ ਆਧਾਰ 'ਤੇ ਆਪਣੇ ਵਾਰਡ ਦੇ ਜੋ ਕੰਮ ਨੇ ਉਹ ਹੋ ਸਕਣ, ਸ਼ਹਿਰ ਦੇ ਕੰਮ ਨੇ ਜਿਹੜੇ ਹੋ ਸਕਣ। ਇਹ ਸਨ ਸਾਡੇ ਨਾਲ ਗੁਰਧਿਆਨ ਸਿੰਘ ਦੇ ਸਮਰਥਕ ਜੋ ਆਪਣੀ ਵਾਰਡ ਦੇ ਵਿੱਚ ਘੁੰਮ ਰਹੇ ਨੇ। ਅਤੇ ਨਾਲ ਹੀ ਮੈਂ ਗੁਰਧਿਆਨ ਸਿੰਘ ਇੱਕ ਵਾਰ ਫਿਰ ਕਹਾਂਗਾ ਕਿ ਤੁਸੀਂ ਆਪਣੇ ਵਾਰਡ ਵਾਸੀਆਂ ਨੂੰ 14 ਫਰਵਰੀ ਦੀ ਇਲੈਕਸ਼ਨ ਵਾਸਤੇ ਅਪੀਲ ਜ਼ਰੂਰ ਕਰੋ। ਅਸੀਂ ਮੈਂ ਆਪਣੀ ਗੁਰੂ ਨਾਨਕ ਮੁਹੱਲਾ ਅਤੇ ਗੁਰੂ ਅਰਜਨ ਦੇਵ ਤੈਨੂੰ ਅਰਜਨ ਕਲੋਨੀ ਨੂੰ ਅਪੀਲ ਕਰਦਾ ਹਾਂ ਵੀ ਮੈਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਮੈਨੂੰ ਜਿਤਾਓ ਅਤੇ ਚੋਣ ਨਿਸ਼ਾਨ ਮੇਰਾ ਹੈ ਹੱਥ ਨੂੰ ਮਜ਼ਬੂਤ ਕਰਕੇ ਮੈਨੂੰ ਕਾਮਯਾਬ ਕਰੋ ਅਤੇ ਮੈਂ ਜਿੱਤ ਕੇ ਹਰਦਿਆਲ ਸਿੰਘ ਕਮੋਹ ਦੀ ਝੋਲੀ ਵਿੱਚ ਇਹ ਸੀਟ ਪਾਵਾਂਗਾ ਅਤੇ ਵੱਧ ਤੋਂ ਵੱਧ ਮੈਂ ਕੰਮ ਕਰਾਊਂਗਾ। ਇਹ ਸਨ ਸਾਡੇ ਨਾਲ ਗੁਰਧਿਆਨ ਸਿੰਘ ਜੋ ਆਪਣੇ ਵਾਰਡ ਦੇ ਪ੍ਰਤੀ ਉਤਸ਼ਾਹਿਤ ਹਨ ਕੰਮ ਕਰਾਉਣ ਨੂੰ ਅਤੇ ਲੋਕਾਂ ਨੂੰ ਅਪੀਲ ਵੀ ਕਰਦੇ ਹਨ, ਆਪਣੀ ਵਾਰਡ ਵਾਸੀਆਂ ਨੂੰ ਵੀ ਅਪੀਲ ਕਰਦੇ ਹਨ ਕਿ ਮੈਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਤਾਂ ਜੋ ਮੈਂ ਤੁਹਾਡੇ ਵਾਰਡ ਦਾ ਕੰਮ ਕਰਾ ਸਕਾਂ। ਮੈਂ ਹਰਮਨ ਮਨਦੀਪ ਦੇ ਨਾਲ।